ਕਾਲ ਅਟਰਨੀ ਜੇਟਰ ਕਿਹਣਾ 415909 ਸਿਫਰ 503 ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਸਰਬਜੀਤ ਸਿੰਘ ਤੂਰ ਨਿਊ ਜਰਸੀ ਹਰਿੰਦਰ ਪੀਨ ਸੈਨ ਹੋਜੇ ਮਨਜੀਤ ਸਿੰਘ ਫਰੀਮਾਉਂਟ ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਸਰਜੀਤ ਸਿੰਘ ਚਾਹਲ ਯੂਨੀਵਰਸਿਟੀ ਗੁਰਦੇਵ ਸਿੰਘ ਸੋਹਲ ਐਂਟੀਲੋਪ ਸਰਬਜੀਤ ਸਿੰਘ ਐਲਕੋ ਨਵਾੜਾ ਕਮਲਜੀਤ ਸਿੰਘ ਮਖਣ ਦੌਲਤਪੁਰੀਆ ਮੰਟੀਕਾ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਦੁਨੀਆ ਦੇ ਵਿੱਚ ਕਹਿੰਦੇ ਭਈ ਇੱਕ ਬੈਂਕ ਦਾ ਸਭ ਤੋਂ ਵੱਡਾ ਜਿਹੜਾ ਫਰਾਡ ਆ ਉਹ ਹੋਇਆ ਵਿਅਤਨਾਮ ਦੇ ਵਿੱਚ ਤੇ ਉਸ ਫਰਾਡ ਦੇ ਵਿੱਚ ਵਿਅਤਨਾਮ ਦੀ ਇੱਕ ਬਿਲੀਨੀਅਰ ਬੀਬੀ ਉਸ ਨੂੰ 44 ਬਿਲੀਅਨ ਡਾਲਰ ਦੇ ਫਰਾਡ ਦੇ ਸਬੰਧ ਦੇ ਵਿੱਚ ਡੈਥ ਦੀ ਜਿਹੜੀ ਸੈਂਟੈਂਸ ਆ ਉਹ ਸੁਣਾਈ ਗਈ ਹੈਗੀ ਆ 67 ਸਾਲਾਂ ਦੀ ਬੀਤਨਾਮੀ ਜ਼ਮੂਲ ਦੀ ਪ੍ਰਾਪਰਟੀ ਡਿਵੈਲਪਰ ਜਿਹਦੀਆਂ ਪ੍ਰਾਪਰਟੀਆਂ ਹਾਂਗਕਾਂਗ ਚਾਈਨਾ ਬੀਤਨਾਮ ਦੇ ਵਿੱਚ ਹੈਗੀਆਂ ਕਹਿੰਦੇ ਵੀ ਉਸਨੇ ਪਿਛਲੇ 11 ਸਾਲਾਂ ਦੇ ਵਿੱਚ ਉੱਥੇ ਦੀਆਂ ਵੱਡੀਆਂ ਬੈਂਕਾਂ ਨੂੰ ਲੁੱਟਿਆ ਉਹਨਾਂ ਦੇ ਨਾਲ ਹੀਰਾ ਫਿਰੀ ਕੀਤੀ ਹੈਗੀ ਆ ਸਾਈਗੋ ਕਮਰਸ਼ੀਅਲ ਬੈਂਕ ਜੋ ਸਭ ਤੋਂ ਵੱਡੀ ਉਹਨਾਂ ਦੀ ਬੈਂਕ ਆ ਉਹ ਤਾਂ ਉਹਨੂੰ 44 ਬਿਲੀਅਨ ਡਾਲਰ ਤੱਕ ਦਾ ਜਿਹੜਾ ਪੈਸਾ ਆ ਉਹੋ ਲਿਆ ਸੋ ਇਸ ਵਰਡਿਕਟ ਜਿਹੜਾ ਉਹਦਾ ਕੇਸ ਚੱਲ ਰਿਹਾ ਸੀ 27 ਬਿਲੀਅਨ ਡਾਲਰ ਉਹਨੂੰ ਮੋੜਨਾ ਪੈਣਾ ਪਰ ਉਹ ਕਹਿੰਦੇ ਲੱਗਦਾ ਨਹੀਂ ਕੁਝ ਵੀ ਉਹ ਤੋਂ ਵਾਪਸ ਮੜੂਗਾ 2700 ਦੇ ਕਰੀਬ ਲੋਕਾਂ ਨੂੰ ਸਮਨ ਕੀਤਾ ਗਿਆ ਸੀ ਇਹਦੇ ਵਿੱਚ 2200 ਤੋਂ ਵੱਧ ਵਕੀਲ ਇਨਵੋਲਵ ਸੀ 10 ਦੇ ਕਰੀਬ ਜਿਹੜੇ ਉਸ ਮੁਲਕ ਦੇ ਪ੍ਰੋਸੀਕਿਊਟਰਸ ਆ ਉਹ ਇਨਵੋਲਵ ਸੀਗੇ ਐਵੀਡੈਂਸ ਜਿਹੜਾ ਸੀ 104 ਬਾਕਸਸ ਦੇ ਵਿੱਚ ਸੀਗਾ ਜਿਹੜਾ ਕਿ ਟੋਟਲ 6 ਟਨ ਬਣਦਾ ਹੈਗਾ ਵਾਓ ਜੀ ਹਾਂ ਇਸ ਤੋਂ ਬਿਨਾ ਟਰੋਂਗ ਮਾਈਲਾਨ ਨਾਮ ਦੀ ਇਹ ਬੀਬੀ ਤੋਂ ਬਿਨਾ 85 ਹੋਰ ਬੰਦੇ ਜਿਹੜੇ ਆ ਉਹਨਾਂ ਨੂੰ ਵੀ ਟਰਾਈ ਕੀਤਾ ਗਿਆ ਹੈਗਾ ਬਿਲਕੁਲ ਸੋ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਉੱਥੇ ਦਾ ਵਿਏਟਨਾਮ ਦਾ ਫਰਾਡ ਕੇਸ ਆਇਆ 44 ਬਿਲੀਅਨ ਡਾਲਰ ਦਾ ਓਵਰਆਲ ਇਹ ਬਣ ਜਾਂਦਾ ਆ ਤੇ ਕਹਿੰਦੇ ਵੀ ਜੀਡੀਪੀ ਦਾ 3% ਦਾ ਫਰਾਡ ਇਹ ਜਿਹੜਾ ਨਿਕਲਿਆ ਆ ਸੋ ਐਂਟੀ ਕਰਪਸ਼ਨ ਡਰਾਈਵ ਇਸ ਮੁਲਕ ਦੇ ਵਿੱਚ ਤੇਜ਼ ਚੱਲ ਰਹੀ ਆ ਤੇ ਫਾਈਨੈਂਸ਼ੀਅਲ ਫਰਾਡ ਇਹ ਸਾਹਮਣੇ ਆਇਆ ਹੈਗਾ 1956 ਦੀ ਜੰਮੀ ਆ ਟ੍ਰੌਨ ਮਾਈ ਲੈਨ ਤੇ ਕਹਿੰਦੇ ਵੀ ਇਹ ਕੋਸਮੈਟਿਕਸ ਵਰਤਦੀ ਹੁੰਦੀ ਸੀ ਆਪਣੇ ਮਾਂ ਦੀ ਮਦਦ ਕਰਦੀ ਸੀਗੀ ਜੋ ਕਿ ਇੱਕ ਚਾਈਨੀਜ਼ ਬਿਜ਼ਨਸ ਵੂਮਨ ਸੀਗੀ ਹੋਚੀਮਿੰਹ 시ਟੀ ਦੀ ਸਭ ਤੋਂ ਪੁਰਾਣੀ ਜਿਹੜੀ ਉਹ ਮਾਰਕੀਟ ਦੇ ਵਿੱਚ ਉੱਥੋਂ ਦੇ ਸਟੇਟ ਮੀਡੀਆ ਤੋਂ ਇਹ ਜਿਹੜਾ ਉਹ ਪਤਾ ਲੱਗਾ ਆ ਤੇ ਇਵੈਂਚੁਅਲੀ ਵਾਧਦੀ ਵਾਧਦੀ ਜਿਹੜੀ ਉਹ ਇੱਥੇ ਪਹੁੰਚੀ ਆਪਣੇ ਘਰ ਵਾਲੇ ਨੂੰ 1992 ਦੇ ਵਿੱਚ ਮਿਲੀ ਹੈ ਜੋ ਕਿ ਇੱਕ ਹਾਂਗਕਾਂਗ ਦਾ ਇਨਵੈਸਟਰ ਸੀ ਇਹਨਾਂ ਦੋਨਾਂ ਦੀਆਂ ਜਿਹੜੀਆਂ ਦੋ ਲੜਕੀਆਂ ਵੀ ਹੈਗੀਆਂ ਸੋ ਉੱਥੇ ਦੇ ਇੱਕ ਬਹੁਤ ਵੱਡੇ ਬੈਂਕ ਦੇ ਬੈਂਕ ਦਾ ਜਿਹੜਾ 211 ਦੇ ਮਰਜਰ ਦੇ ਵਿੱਚ ਵੀ ਇਸ ਦਾ ਹਿੱਸਾ ਸੀਗਾ 2012 ਤੋਂ 2022 ਤੱਕ ਇਸ ਨੇ ਜਿਹੜਾ ਕਿੰਨੀ ਵੀ ਬੈਂਕ ਨੂੰ ਵਰਤਿਆ ਆ ਆਪਣੇ ਜੋ ਕਿ ਉਸ ਦੀ ਇੱਕ ਕੈਸ਼ ਕਾਓ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਵੀ ਇਲਲੀਗਲੀ ਉਸ ਨੂੰ ਕੰਟਰੋਲ ਕਰਦੀ ਰਹੀ ਆ ਸੋ 5-5 ਮਿਲੀਅਨ ਡਾਲਰ ਤੱਕ ਦੀ ਤਾਂ ਕਹਿੰਦੇ ਇਹਨਾਂ ਰਿਸ਼ਵਤ ਹੀ ਜਿਹੜੀ ਉਹ ਦਿੱਤੀ ਲਈ ਸੀਗੀ ਅਗਲੀ ਖਬਰ ਜਿਹਦੇ ਉੱਤੇ ਨਜ਼ਰ ਮਾਰੀਏ ਕੈਲੀਫੋਰਨੀਆ ਤੋਂ ਆ ਰਹੀ ਆ 38 ਸਾਲਾਂ ਪਹਿਲਾਂ ਇੱਕ ਜਿਹੜੀ ਬੀਬੀ ਆ ਉਸ ਦਾ ਕਤਲ ਹੋਇਆ ਸੀਗਾ ਅਤੇ ਕਹਿੰਦੇ ਵੀ ਡੀਐਨਏ ਦੀ ਟੈਸਟਿੰਗ ਤੋਂ ਬਾਅਦ ਦੇ ਵਿੱਚ ਉਸ ਦੀ ਅਜਛਾਣਖਤ ਕੀਤੀ ਗਈ ਹੈਗੀ ਆ 38 ਸਾਲਾਂ ਬਾਅਦ ਕਿਤੇ ਜਾ ਕੇ ਇਹ ਇਹ ਪਤਾ ਲੱਗਾ ਹੈ ਕਹਿੰਦੇ ਵੀ ਹੁਣ ਡੀਐਨਏ ਤੋਂ ਬਾਅਦ ਇਹ ਪਤਾ ਲੱਗਾ ਮਾਰੀਆ ਪਿਲਰ ਡੈਲ ਗੜੀਲੋ ਕਰੀਲੋ ਇਸ ਦੇ ਹੀ ਰਿਮੇਨਸ ਹੈਗੇ ਯੂਐਸ ਦੇ ਵਿੱਚ ਇਹ ਮਾਈਗ੍ਰੇਟ ਹੋਈ ਸੀ 1986 ਦੇ ਵਿੱਚ ਸੈਂਡੀਏਗੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਸ ਦੀ ਜਾਣਕਾਰੀ ਦਿੱਤੀ ਆ ਉਸ ਟਾਈਮ ਦੇ ਉੱਤੇ ਕ੍ਰੀਲੋ ਦੀ ਉਮਰ 43 ਸਾਲ ਸੀ ਜਦ ਇਸ ਨੂੰ ਮਾਰ ਦਿੱਤਾ ਗਿਆ ਸੀਗਾ ਇਸ ਦੇ ਕਤਲ ਦੇ ਪਿੱਛੇ ਕੀ ਕਾਰਨ ਸੀ ਉਹ ਵੀ ਜਿਹੜੀ ਗੁੱਥੀ ਹੈ ਜੇ ਤੱਕ ਸੁਲਜੀ ਨਹੀਂ ਹੈਗੀ ਮੈਡੀਕਲ ਐਗਜ਼ਾਮੀਨਰ ਨੇ ਜਿਹੜਾ ਡਿਟਰਮਨ ਕੀਤਾ ਸੀਗਾ ਇਹ ਪਾਇਆ ਸੀਗਾ ਵੀ ਕ੍ਰੀਲੋ ਨੂੰ ਮਰਡਰ ਕੀਤਾ ਗਿਆ ਸੀਗਾ ਉਸ ਦੀ ਬਾਡੀ ਜਿਹੜੀ ਉਹ ਲੱਭਣ ਤੋਂ ਪਹਿਲਾਂ ਤੇ ਹੁਣ 38 ਸਾਲਾਂ ਬਾਅਦ ਕਿਤੇ ਜਾ ਕੇ ਇਹ ਪਤਾ ਲੱਗਾ ਹੈ ਕੈਲੀਫੋਰਨੀਆ ਰਾਊਟ 67 ਦੇ ਲਾਗੇ ਉਸ ਤੇ ਜਿਹੜੀ ਸਾਈਡ ਦੇ ਉੱਤੇ ਇਸ ਦੀ ਜਿਹੜੀ লাশ ਆ ਉਹ ਬਰਾਮਦ ਹੋਈ ਸੀ ਅਲਿਖਬਰ ਵਿੱਚ ਚੱਲਿਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਪਲਾਨ ਕਰ ਰਿਹਾ ਹੈ ਦੋ ਨੈਸ਼ਨਲ ਮਾਨੂਮੈਂਟਸ ਕੈਲੀਫੋਰਨੀਆ ਦੇ ਵਿੱਚ ਇੱਕ ਪਹਾੜੀਆਂ ਵਾਲਾ ਜਿਹੜਾ ਵਾਈਲਡਰਨੈਸ ਏਰੀਆ ਹੈਗਾ ਲਾਸ ਐਂਜਲਸ ਦੇ ਈਸਟ ਦੇ ਵਿੱਚ ਤੇ ਦੂਸਰਾ ਜਿੱਥੇ ਬਹੁਤ ਜ਼ਿਆਦਾ ਟਰੀ ਹੈਗੇ ਆ ਰੋਲਿੰਗ ਹਿੱਲ ਸਾਈਡਸ ਹੈਗੀਆਂ ਨਾਰਥ ਆਫ ਨਾਪਾ ਦੇ ਵਿੱਚ ਜਿਹੜੇ ਸੋਰਸਸ ਫੈਮਿਲੀਅਰ ਹੈਗੇ ਆ ਵਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨਾਂ ਨੇ ਅੱਜ ਵੱਖ-ਵੱਖ ਜਿਹੜੇ ਨਿਊਜ਼ ਆਊਟਲੈਟਸ ਆ ਉਹਨਾਂ ਨੂੰ ਦੱਸਿਆ ਹੈਗਾ ਸੈਨ ਗੈਬਰੀਅਲ ਮਾਊਂਟੇਨਸ ਅ ਨੈਸ਼ਨਲ ਮੋਨੂਮੈਂਟ ਜਿਹਦੇ ਨਾਲ 110000 ਏਕੜ ਉਹਨਾਂ ਨੂੰ ਜੋੜਿਆ ਜਾਊਗਾ ਵੈਰੀਅਸ ਆ ਸਨੋ ਮਾਊਂਟੇਨ ਨੈਸ਼ਨਲ ਮਾਊਂਟੇਨ ਮੋਨੂਮੈਂਟ ਜੋ ਉੱਥੇ 13000 ਏਕੜਸ ਨੂੰ ਜੋੜਿਆ ਜਾ ਰਿਹਾ ਹੈਗਾ ਡੈਮੋਕ੍ਰੈਟਿਕ ਸੈਨੇਟਰ ਐਲੈਕਸ ਪਾਡਿਆ ਜੋ ਕੈਲੀਫੋਰਨੀਆ ਦੇ ਹੈਗੇ ਆ ਉਹ ਬਹੁਤ ਐਡਵੋਕੇਟ ਆ ਇਹ ਲੰਬੇ ਸਮੇਂ ਤੋਂ ਇਸ ਇਨਾ ਮਨੂਮੈਂਟਸ ਨੂੰ ਸੇਵ ਕਰਨ ਦੇ ਲਈ ਐਕਸਪੈਂਡ ਕਰਨ ਦੇ ਲਈ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਲਈ ਇੱਕ ਬਹੁਤ ਵਧੀਆ ਜਿਹੜੀ ਖਬਰ ਹੈਗੀ ਆ ਨੇਚਰਲ ਜਿਹੜਾ ਬਿਊਟੀ ਆ ਉਸ ਨੂੰ ਇਸੇ ਤਰ੍ਹਾਂ ਸੇਵ ਕੀਤਾ ਜਾਊਗਾ ਸਰੋਤਿਆਂ ਦੱਸਦੇ ਆ ਜੀ ਇਹ ਜਿਹੜੇ ਦੋਨੋਂ ਮਨੂਮੈਂਟ ਆ ਇਹਨਾਂ ਨੂੰ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਨੇ ਜਿਹੜਾ ਆ ਰਿਕੋਗਨਾਈਜ਼ ਕੀਤਾ ਸੀ ਤੇ ਉਸ ਤੋਂ ਬਾਦ ਹੁਣ ਜਿਹੜਾ ਇਹਨਾਂ ਨੂੰ ਐਕਸਪੈਂਡ ਕੀਤਾ ਜਾ ਰਿਹਾ ਹੈਗਾ ਜੀ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਵੋਟ ਪਾਈ ਆ 17 ਬਿਲੀਅਨ ਡੈਫਿਸਿਟ ਰਿਡਕਸ਼ਨ ਪਲਾਨ ਦੇ ਉੱਤੇ 73 ਬਿਲੀਅਨ ਡਾਲਰ ਦੇ ਘਾਟੇ ਦਾ ਜਿਹੜਾ ਇਸ ਟਾਈਮ ਬਜਟ ਆ ਉਹ ਨਿਊਸਮ ਹੁਣਾਂ ਦੇ ਲਈ ਕਾਫੀ ਵੱਡੀ ਸਰਦਰਦੀ ਬਣ ਰਿਹਾ ਆ ਉਹਨਾਂ ਦੇ ਸੈਕਿੰਡ ਟਰਮ ਅਜੰਡੇ ਦੇ ਵਿੱਚ ਸੋ ਪੋਲੀਟੀਕਲੀ ਇਹ ਪ੍ਰੈਜ਼ੀਡੈਂਸ਼ੀਅਲ ਅੰਬੀਸ਼ਸ ਨੇ ਇਹ ਸੋਚ ਰਹੇ ਆ ਵੀ ਹੁਣ ਮੇਬੀ ਜੋ ਵੈਜਨ ਹੋਣਾ ਤੋਂ ਬਾਅਦ ਦੇ ਵਿੱਚ ਅਗਲੀ ਵਾਰ ਇਹ ਆਪਣਾ ਜਿਹੜਾ ਕਿਸਮਤ ਆ ਇਥੇ ਅਜਮਾ ਸਕਦੇ ਆ ਥਰਸਡੇ ਨੂੰ ਜਿਹੜੇ ਲਾ ਮੇਕਰਸ ਨੇ ਵੋਟ ਪਾਈ ਵੀ ਜਿਹੜੀ ਸਪੈਂਡਿੰਗ ਆ ਉਸ ਦੇ ਵਿੱਚ 17 ਬਿਲੀਅਨ ਡਾਲਰ ਦੀ ਕਟਾਤੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਜਿਹੜੇ ਇਨੀਸ਼ੀਏਟਿਵਸ ਲਏ ਗਏ ਸੀ ਗੈਵਨ ਨਿਊਸਮ ਤੇ ਉਹਨਾਂ ਦੇ ਜਿਹੜੇ ਸਾਥੀ ਡੈਮੋਕ੍ਰੇਟਸ ਆ ਉਹਨਾਂ ਦੇ ਜਿਹੜਾ ਖੁਦਵਾਰਾ ਮੈਡੀਕੇਟ ਪ੍ਰੋਗਰਾਮ ਦੇ ਵਿੱਚ 1.5 ਬਿਲੀਅਨ ਡਾਲਰ ਵਾਧੂ ਜਾਵੇ ਇਸ ਤੇ ਲਈ ਇੱਕ ਟੈਕਸ ਹਾਈਕ ਕੰਪਨੀਆਂਜ਼ ਦੇ ਉੱਤੇ ਵੀ ਲਗਾਈ ਗਈ ਸੀ ਸੋ ਹੁਣ ਕਹਿੰਦੇ ਵੀ ਕੈਲੀਫੋਰਨੀਆ ਦੇ ਲਾਅਮੇਕਰਜ਼ ਇਸ ਚੀਜ਼ ਦੇ ਲਈ ਪੱਕਾ ਤਾਂ ਉਹਨਾਂ ਨੂੰ ਨਹੀਂ ਪਤਾ ਫਰ ਸ਼ੋਰ ਵੀ ਬਜਟ ਡੈਫਿਸਿਟ ਕਿੰਨਾ ਜਿਹੜਾ ਉਹ ਹੋਊਗਾ ਪਰ ਓਵਰਆਲ ਕੈਲੀਫੋਰਨੀਆ ਦੀ 17 ਬਿਲੀਅਨ ਡਾਲਰ ਦੀ ਜਿਹੜੀ ਸਪੈਂਡਿੰਗ ਆ ਉਸ ਨੂੰ ਜਿਹੜਾ ਹੁਣ ਘਟਾਇਆ ਗਿਆ ਹੈਗਾ ਸੋ ਕਿਹਨੇ ਵੀ ਗਰੋਥ ਜੋ ਪਿਛਲੇ ਸਾਲਾਂ ਦੇ ਵਿੱਚ ਚੱਲ ਰਹੀ ਸੀ ਸਰਪਲਸ ਬਜਟ 100-100 ਬਿਲੀਅਨ ਡਾਲਰ ਦਾ ਤਕਰੀਬਨ ਹੋਇਆ ਪਿਆ ਸੀ ਉਸ ਦੇ ਵਿੱਚ 12 ਮਹੀਨਿਆਂ ਦੇ ਵਿੱਚ ਪਾਸਾ ਪੂਰੀ ਤਰ੍ਹਾਂ ਪਲਟ ਕੇ ਹੁਣ 78 ਬਿਲੀਅਨ ਡਾਲਰ ਦੇ ਘਾਟੇ ਵਾਲਾ ਜਿਹੜਾ ਬਜਟ ਆ ਇਹ ਬਣ ਚੁੱਕਾ ਸੀਗਾ ਜਨਵਰੀ ਦੇ ਵਿੱਚ ਨਿਊਸਮ ਹੁਣਾ ਦੇ ਲਈ ਹੋਰ ਵੀ ਇੱਕ ਸੈਟਬੈਕ ਆਇਆ ਸੀ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ 38 ਬਿਲੀਅਨ ਡਾਲਰ ਹੋਰ ਘਾਟੇ ਦੇ ਵਿੱਚ ਆ ਤੇ ਕੁੱਲ ਮਿਲਾ ਕੇ ਫਰਵਰੀ ਵਿੱਚ ਇਹ ਪਤਾ ਲੱਗਾ ਵੀ 73 ਤੋਂ 78 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਨੈਗੇਟਿਵ ਦੇ ਵਿੱਚ ਜਿਹੜਾ ਉਹ ਜਾਵੇਗਾ ਸੋ ਹੁਣ ਕਹਿੰਦੇ ਵੀ ਕੋਈ ਇਦਾਂ ਦੀਆਂ ਹੈਡਲਾਈਨ ਵਾਲੀਆਂ ਖਬਰਾਂ ਤਾਂ ਨਹੀਂ ਬਟ ਰਿਡਕਸ਼ਨਸ ਜਿਹੜੇ ਅਲਾਮਕਰਸ ਨੇ ਉਹਨਾਂ ਨੇ ਅਪਰੂਵ ਕਿਤੇ ਹੈਗੇ ਆ ਸੋ ਦੇਖੋ ਕਿਹਦੇ ਕਿਹੜੇ ਜਿਹੜੇ ਬਜਟ ਦੇ ਕਿਹੜੇ ਕਿਹੜੇ ਪ੍ਰੋਗਰਾਮਸ ਦੇ ਵਿੱਚ ਕਟੌਤੀ ਜਿਹੜੀ ਉਹ ਹੋਊਗੀ ਕਿਨੇ ਵੀ ਸਭ ਤੋਂ ਵੱਧ ਜਿਹੜੇ ਸਟੀਪ ਕੱਟਸ ਆ ਉਹ ਜਿਹੜੇ ਸਭ ਤੋਂ ਮਹਿੰਗੇ ਪ੍ਰੋਗਰਾਮ ਜਿਨ੍ਹਾਂ ਚ ਹੈਲਥ케ਅਰ ਤੇ ਪਬਲਿਕ ਐਜੂਕੇਸ਼ਨ ਆਉਂਦੀ ਆ ਉਹਨਾਂ ਵਿੱਚੋਂ ਡਾਲਰ ਜਿਹੜੇ ਉਹ ਕੱਢੇ ਜਾਣਗੇ ਅਗਲੀ ਖਬਰਾਂ ਚਲੀਏ ਉਹ ਟ੍ਰੇਸੀ ਤੋਂ ਆ ਰਹੀ ਹੈ ਸੈਂਟਰਲ ਵੈਲੀ ਦੇ ਟ੍ਰੇਸੀ ਸ਼ਹਿਰ ਦੇ ਵਿੱਚ ਅੱਜ ਇੱਕ ਰੀਸਾਈਕਲਿੰਗ ਦੀ ਜੋ ਫੈਸਿਲਿਟੀ ਆ ਉਥੇ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਗਈ ਉਸ ਦੇ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਅਵੇਕੂਏਟ ਕਰਨਾ ਪਿਆ ਸੋ ਕਹਿੰਦੇ ਵੀ ਮੈਸਿਵ ਫਾਇਰ ਐਟ ਰੀਸਾਈਕਲਿੰਗ ਫੈਸਿਲਿਟੀ ਫੋਰਸਡ ਅਵੇਕੂਏਸ਼ਨ ਇਨ ਟ੍ਰੇਸੀ ਕੈਲੀਫੋਰਨੀਆ ਦਾ ਜੋ ਸੈਂਟਰਲ ਵੈਲੀ ਦਾ ਇਹ ਇਹ ਸ਼ੇਅਰ ਹੈਗਾ ਸੋ ਜੀਐਮਏ ਪੈਲੇਟ ਰੀਸਾਈਕਲਿੰਗ ਕਾਰਪੋਰੇਸ਼ਨ ਦਾ ਜੋ ਇਹ ਕੰਪਨੀ ਸੀਗੀ 5 ਏਕੜ ਤੋਂ ਵੱਧਾ ਏਰੀਆ ਜਿੱਥੇ ਵੁੱਡਨ ਪੈਲੇਟਸ ਹੁੰਦੇ ਆ ਉਥੇ ਇਹ ਅੱਗ ਲੱਗੀ ਤੇ ਲਗਭਗ ਆਲੇ ਦੁਆਲੇ ਦੇ 6 ਸ਼ਹਿਰਾਂ ਦੇ ਜਿਹੜੇ ਫਾਇਰ ਡਿਪਾਰਟਮੈਂਟਸ ਆ ਸਨਮਕੀਨ ਕਾਉਂਟੀ ਫਾਇਰ ਅਥਾਰਟੀ ਦੇ ਚੀਫ ਰੈਂਡਲ ਬ੍ਰੈਡਲੀ ਦੇ ਮੁਤਾਬਕ ਉਹਨਾਂ ਨੂੰ ਬੁਲਾਉਣਾ ਪਿਆ ਕਿਉਂਕਿ ਇਹ ਜਿਹੜੀ ਅੱਗ ਸੀ ਬਹੁਤ ਤੇਜ਼ੀ ਦੇ ਨਾਲ ਫੈਲੀ ਜੀ ਅਗਲੀ ਖਬਰ ਹਰਜੋਤ ਸਿੰਘ ਜੀ ਕਰਦੇ ਜਾਈਏ ਸੈਲਮਨ ਫਿਸ਼ਿੰਗ ਕੈਲੀਫੋਰਨੀਆ ਦੇ ਕੋਸਟ ਦੇ ਉੱਤੇ ਇਸ ਸਾਲ ਫੇਰ ਬੈਨ ਕੀਤੀ ਜਾ ਰਹੀ ਆ ਦੂਜਾ ਸਾਲ ਇਹ ਲਗਾਤਾਰ ਹੋਊਗਾ ਜਦ ਜਿਹੜੀ ਸੈਲਮਨ ਫਿਸ਼ਿੰਗ ਆ ਇਸ ਨੂੰ ਕੈਲੀਫੋਰਨੀਆ ਵਿੱਚ ਬੈਨ ਕਿਤਾ ਗਿਆ ਹੋਵੇ ਪੈਸੀਫਿਕ ਫਿਸ਼ਰੀ ਮੈਨੇਜਮੈਂਟ ਕੌਂਸਲ ਨੇ ਆਪਣਾ ਜਿਹੜਾ ਇਹ ਫੈਸਲਾ ਲਿਆ ਉਹਨਾਂ ਨੇ ਕਿਹਾ ਵੀ ਪਾਣੀ ਦੇ ਲੈਵਲ ਘਟਨੇ ਤੇ ਦਰਿਆਵਾਂ ਦੇ ਵਿੱਚ ਟੈਂਪਰੇਚਰ ਪਾਣੀ ਦਾ ਵਾਧਾ ਜਿਹੜਾ ਕਿ ਸੈਲਮਨਸ ਪੌਨ ਦੇ ਲਈ ਜ਼ਰੂਰੀ ਹੁੰਦਾ ਆ ਤੇ ਪੂਰ ਰਿਵਰ ਤੇ ਓਸ਼ਨ ਕੰਡੀਸ਼ਨਸ ਦੇ ਨਾਲ ਸੈਲਮਨ ਦੀ ਜਿਹੜੀ ਪੋਪੂਲੇਸ਼ਨ ਉਹ ਕਾਫੀ ਕੱਟੀ ਹੈਗੀ ਆ ਸੈਕਰਮੈਂਟੋ ਰਿਵਰ ਵਾਟਰਸ਼ੈਡ ਅਕਿੰਨੇ ਵੀ ਸਭ ਤੋਂ ਵੱਧ ਪ੍ਰੋਪੋਰਸ਼ਨ ਦੇ ਤਹਿਤ ਸੈਲਮਨ ਵੈਸਟ ਕੋਸਟ ਦੇ ਵਿੱਚ ਉੱਤੇ ਦੇਖੀ ਜਾਂਦੀ ਆ 1 ਤੋਂ 2 ਮਿਲੀਅਨ ਫਿਸ਼ ਹਰ ਸਾਲ ਦੇ ਵਿੱਚ ਆ ਪਰ ਕਹਿੰਦੇ ਵੀ 2023 ਦੇ ਵਿੱਚ ਇਹ ਆਂਕੜਾ 1 ਤੋਂ 2 ਮਿਲੀਅਨ ਤੋਂ ਘਟ ਕੇ ਮਹਿਜ਼ 1,34,000 ਦੇ ਉੱਤੇ ਰਹਿ ਗਿਆ ਸੀਗਾ ਸੋ ਇਸ ਲਈ ਉਸ ਟਾਈਮ ਦੇ ਉੱਤੇ ਸੈਲਮਨ ਦੀ ਜਿਹੜੀ ਫਿਸ਼ਿੰਗ ਆ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀਗੀ ਸੋ ਹੁਣ ਕਹਿੰਦੇ ਵੀ ਇੱਕ ਵਾਰੀ ਫੇਰ ਇਸ ਦੇ ਨਾਲ ਆ ਜਿਹੜਾ ਆ ਉਹ ਕਟੌਤੀ ਕੀਤੀ ਜਾ ਰਹੀ ਆ ਜਦ ਫਿਸ਼ਿੰਗ ਨਹੀਂ ਹੁੰਦੀ ਤਾਂ ਆ ਜਿਹੜੀ ਕੈਲੀਫੋਰਨੀਆ ਨੂੰ 40 ਤੋਂ 65 ਮਿਲੀਅਨ ਡਾਲਰ ਤੱਕ ਦਾ ਨੁਕਸਾਨ ਵੀ ਚੱਲਣਾ ਪਉਂਦਾ ਪੈਂਦਾ ਆ ਕਿਉਂਕਿ ਫਿਸ਼ਿੰਗ ਦੇ ਲਾਇਸੈਂਸਸ ਤੇ ਲੋਕਾਂ ਦੇ ਨਾਲ ਜਿਹੜਾ ਟੂਰਿਜ਼ਮ ਤੇ ਹੋਰ ਸਾਰੀਆਂ ਚੀਜ਼ਾਂ ਆਉਣੀਆਂ ਆ ਉਸ ਦਾ ਨੁਕਸਾਨ ਹੁੰਦਾ ਹੈ ਫੈਡਰਲ ਸਰਕਾਰ ਨੇ ਇਸ ਤੇ ਲਈ 20 ਮਿਲੀਅਨ ਡਾਲਰ ਦੀ ਡਿਜ਼ਾਸਟਰ ਏਡ ਰੱਖੀ ਹੈਗੀ ਆ ਸੋ ਅਜੇ ਪਰ ਇਹ ਨਹੀਂ ਪਤਾ ਵੀ ਸੈਲਮਨ ਦੇ ਜਿਹੜੇ ਫਿਸ਼ਰਸ ਆ ਉਹਨਾਂ ਨੂੰ ਇਹ ਇਹਦੇ ਵਿੱਚੋਂ ਕੋਈ ਰਾਸ਼ੀ ਮਿਲੀ ਆ ਜਾਂ ਨਹੀਂ ਅਗਲੀ ਖਬਰ ਵਿੱਚ ਜਿਵੇਂ ਬੇਰੀਏ ਦੇ ਵਿੱਚ ਅੱਜ ਹਾਈਵੇ 238 ਤੇ ਹਾਈਵੇ 880 ਦੇ ਕਨੈਕਟਰ ਦੇ ਉੱਤੇ ਸੈਲ ਰੋਂਜ਼ੋ ਵਾਲਾ ਜਿਹੜਾ ਏਰੀਆ ਹੈ ਉੱਥੇ ਇੱਕ ਬਿਗ ਰਿਗ ਤੜਕੇ ਕ੍ਰੈਸ਼ ਹੋ ਗਿਆ ਜਿਹੜਾ ਕਿ ਫਿਊਲ ਵਾਲਾ ਸੀ ਉਹਦੇ ਨਾਲ ਜਿਹੜੀ ਗੈਸ ਆ ਉਹ ਸਾਰੀ ਉੱਥੇ ਸਪਿਲ ਹੋ ਗਈ ਇਹ ਲਗਭਗ 1:30 ਵਜੇ ਦੇ ਕਰੀਬ ਅਲਾਮੀਡਾ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਨਾਰਥ ਬਾਉਂਡ ਹਾਈਵੇ 238 ਜੋ ਸਾਊਥ ਬਾਉਂਡ ਇੰਟਰਸਟੇਟ 880 ਨੂੰ ਕਨੈਕਟ ਕਰਦਾ ਸੈਨ ਅਲਰੇਂਜ਼ੋ ਵਾਲੇ ਏਰੀਆ 'ਚ ਤੇ ਇੱਥੇ ਉਸ ਤੋਂ ਬਾਅਦ ਲਗਭਗ 12 ਘੰਟੇ ਇਹ ਹਾਈਵੇ ਨੂੰ ਬੰਦ ਰੱਖਿਆ ਗਿਆ ਕਿਸੇ ਤਰ੍ਹਾਂ ਦੀ ਵੀ ਕਿਸੇ ਦੇ ਕੋਈ ਸੱਟ ਚੋਟ ਦੀ ਖਬਰ ਨਹੀਂ ਆਈ ਹੈਗੀ ਜਿਹੜਾ ਸੁਪੇਲ ਸੀਗਾ ਇਹਦੇ ਨਾਲ ਸਾਰੀਆਂ ਲੇਨਸ ਨੂੰ ਰੋਕਣਾ ਪਿਆ ਤੇ ਹੁਣ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਆ ਉਹ ਕਹਿ ਰਿਹਾ ਪੀ ਬਿਲਕੁਲ ਟ੍ਰੈਫਿਕ ਠੀਕ ਚੱਲ ਰਿਹਾ ਪਰ 12 ਘੰਟੇ ਤੋਂ ਵੱਧ ਸਮਾਂ ਜਿਹੜਾ ਆ ਇਹ ਹਾਈਵੇ ਉੱਥੇ ਬੰਦ ਰਿਆ ਜੀ ਕੈਲੀਫੋਰਨੀਆ ਨੇ 1 April ਤੋਂ ਮਿਨਿਮਮ ਵੇਜ ਵਧਾ ਕੇ 20 ਡਾਲਰ ਕਰ ਦਿੱਤੀ ਸੀ ਹੁਣ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਫਰੈਂਚਾਈਜ਼ੀਜ਼ ਆ ਉਹਨਾਂ ਨੇ ਨੌਕਰੀ ਤੋਂ ਲੋਕ ਕੱਢੇ ਆ ਤੇ ਉਹਨਾਂ ਦੀ ਥਾਂ ਦੇ ਉੱਤੇ ਕਹਿੰਦੇ ਕਿਓਸਕ ਆ ਰਹੀਆਂ ਆ ਜੇ ਤੁਸੀਂ ਮੈਕਡੋਨਲਡ 버ਗਰ ਕਿੰਗ ਜੈਕ ਇਨ ਦਾ ਬਾਕਸ ਜਾਂ ਹੋਰ ਇਦਾਂ ਦੀਆਂ ਫਾਸਟ ਫੂਡ ਚੇਨਜ਼ ਦੇ ਵਿੱਚ ਜਾਂਦੇ ਆ ਤਾਂ ਕਹਿੰਦੇ ਤੁਹਾਡੇ ਸਵਾਗਤ ਕਰਨ ਦੇ ਲਈ ਇਹ ਵੱਡੀਆਂ ਸਕਰੀਨ ਵਾਲੇ ਕੰਪਿਊਟਰ ਤੁਹਾਨੂੰ ਜੀ ਆਇਆਂ ਨੂੰ ਆਖਰੇ ਹੋਣਗੇ ਸੋ ਇਸ ਲਾ ਦੇ ਨਾਲ ਕਹਿੰਦੇ ਵੀ ਇਸ ਦੇ ਤਹਿਤ ਇੱਕ ਫਾਸਟ ਫੂਡ ਕਾਉਂਸਲ ਵੀ ਜਿਹੜੀ ਉਹ ਬਣਾਈ ਜਾਣੀ ਆ ਜੋ ਕਿ ਅਮਰੀਕਾ ਦੇ ਵਿੱਚ ਇਨਵੈਕਲੀ ਚੀਜ਼ ਹੋਵੇਗੀ ਇਸ ਦੇ ਵਿੱਚ ਰੈਸਟੋਰੈਂਟ ਇੰਡਸਟਰੀਜ਼ ਨਾਲ ਨਾਲ ਜਿਹੜੇ ਕੰਮੇ ਆ ਉਸ ਦੇ ਰਿਪਰੈਜ਼ੈਂਟੇਟਿਵਸ ਦੇ ਤੌਰ ਦੇ ਉੱਤੇ ਇਸ ਵਿੱਚ ਹਿੱਸਾ ਜਿਹੜਾ ਉਹ ਲੈਣਗੇ ਤੇ ਵੇਜ ਦੇ ਉੱਤੇ ਅਕਸਰ ਜਿਹੜੀ ਕਹਿੰਦੇ ਆ ਵੀ ਉਹਨਾਂ ਦੀ ਚਰਚਾ ਜਿਹੜੀ ਉਹ ਹੁੰਦੀ ਰਹੂਗੀ ਜਾਂ ਇਨਫਲੇਸ਼ਨ ਦੇ ਹਿਸਾਬ ਨਾਲ ਜਾਂ 3.5% ਅ ਤੱਕ ਜਿਹੜੀ ਤਨਖਾਹ ਹੈ ਉਸ ਦੇ ਵਿੱਚ ਵਾਦਾ ਹੋਊਗਾ ਆਟੋਮੇਸ਼ਨ ਨੇ ਵੀ ਜਿਹੜੇ 셀ਫ ਸਰਵਿਸ ਕਿਓਸਕਾ ਇਹ ਹੁਣ ਲਾਰਜ ਫੂਡ ਚੇਨਜ਼ ਦੇ ਵਿੱਚ ਕਾਮਨ ਪਲੇਸ ਬਣ ਚੁੱਕੀ ਹੈਗੀ ਆਪਣੇ ਨਾ ਬ੍ਰੈਡ ਨੇ ਰੀਸੈਂਟਲੀ ਪਨੀਰਾ 2.0 ਜਿਹੜਾ ਆ ਉਸ ਨੂੰ ਲਾਂਚ ਕੀਤਾ ਸੀਗਾ ਤੇ ਫਾਸਟ ਫੂਡ ਕਿੰਗ ਮੈਕਡੋਨਲਡ ਵਾਲਿਆਂ ਨੇ ਵੀ 셀ਫ ਸਰਵਿਸ ਕਿਓਸਕਾ 2017 ਤੋਂ ਲਿਆਂਦੀਆਂ ਆ ਪਰ 2024 ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹਨਾਂ ਦਾ ਆਂਕੜਾ ਹੁਣ ਬਹੁਤ ਜਲਦੀ ਵਧਣ ਜਾ ਰਿਹਾ ਹੈਗਾ ਆ ਜਿੱਥੇ ਐਚ ਆਰ ਹਿਊਮਨ ਇਮੋਸ਼ਨਸ ਤੇ ਉਹ ਸਾਰੀਆਂ ਚੀਜ਼ਾਂ ਦਾ ਇਨਾ ਕੰਪਨੀਆਂ ਨੂੰ ਬਚਾ ਹੋਵੇਗਾ ਤੇ ਇਹ ਇਸ ਦੇ ਨਾਲ ਨਾਲ ਇਹ 20 ਡਾਲਰ ਮਿਨਿਮਮ ਵੇਜ ਤੋਂ ਵੀ ਇਹ ਛੁਟਕਾਰਾ ਆਪਣੇ ਆਪ ਨੂੰ ਇਤੋਂ ਨਜਾਤ ਪਾ ਰਹੇ ਆ ਹਾਂ ਇਹ ਨਹੀਂ ਆ ਵੀ ਕੋਈ ਵੀ ਉੱਥੇ ਕੰਮ ਨਹੀਂ ਹੋਊਗਾ ਪਰ ਜਿਹੜਾ ਇਸ ਦੇ ਵਿੱਚ ਇਹ ਚੀਜ਼ ਜਿਹੜੀ ਜ਼ਰੂਰ ਦੇਖੀ ਗਈ ਆ ਵੀ ਥੋੜੇ ਲੋਕ ਹੋਣਗੇ ਪਰ ਦੂਜੀ ਥਾਂ ਦੇ ਉੱਤੇ ਉਹ ਸਾਰਾ ਕੁਝ ਆ ਰਿਹਾ ਆ ਪਿਛਲੇ ਮਹੀਨੇ ਜਿਹੜਾ ਚਿਕਫਲੇ ਰੈਸਟੋਰੈਂਟ ਆ ਉਹਨਾਂ ਨੇ ਮੋਬਾਈਲ ਪਿਕਅਪ ਰੈਸਟੋਰੈਂਟ ਨਾਤਾ ਆਪਣੇ ਆਪ ਨੂੰ ਜਿਹੜਾ ਉਹ ਬਣਾ ਦਿੱਤਾ ਨਿਊਯਾਰਕ ਸਿਟੀ ਦੇ ਵਿੱਚ ਇਸ ਪ੍ਰੋਟੋਟਾਈਪ ਕਨਸੈਪਟ ਦੇ ਵਿੱਚ ਕੋਈ ਸੈਟਿੰਗ ਨਹੀਂ ਹੋਊਗੀ ਸਿਰਫ ਫੂਡ ਫਾਰ ਡਿਲੀਵਰੀ ਜਾਂ ਟੇਕ ਆਊਟ ਦੀ ਜਿਹੜੀ ਉਸ ਦੇ ਵਿੱਚ ਆਪਸ਼ਨ ਰਹਿਣ ਵਾਲੀ ਹੈਗੀ ਆ ਸੋ ਕੰਪਨੀਆਂ ਆਪਣਾ ਬਾਟਮ ਲਾਈਨ ਬਚਾਉਣ ਦੇ ਲਈ ਚਾਹੇ ਤੁਸੀਂ ਮਿਨਿਮਮ ਵੇਜ ਵਧਾ ਲਓ ਪਰ ਇਹ ਕੋਈ ਨਾ ਕੋਈ ਆਪਣਾ ਵਰਕਰਾਊਂਡ ਲੱਭ ਕੇ ਇਸ ਵਿੱਚ ਆਪਣੇ ਮੁਨਾਫੇ ਵੱਲ ਨੂੰ ਹਮੇਸ਼ਾ ਵਧਦੇ ਜਾਣਗੇ ਮਿਨਿਮਮ ਵੇਜ ਇਨਕਰੀਸ ਦੇ ਨਾਲ ਕਹਿੰਦੇ ਆ ਵੀ ਇਹ ਇਹ ਆਟੋਮੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਐਕਸਲਰੇਸ਼ਨ ਦੇਖਣ ਨੂੰ ਮਿਲੇਗੀ ਮਾਰਗੇਜ ਰੇਟ ਜਿਹੜੇ ਆ ਕਾਫੀ ਵੱਧ ਗਏ ਹੈਗੇ ਆ ਅੱਜ ਕਹਿੰਦੇ ਭਈ ਕਾਫੀ ਮਹੀਨਿਆਂ ਤੋਂ ਬਾਅਦ ਜਿਹੜੀ ਮਾਰਗੇਜ ਦੀ ਰੇਟ ਆ 30 ਇਅਰ ਦੇ ਉਹ 7% ਤੋਂ ਉੱਪਰ ਟੱਪ ਗਏ ਹੈਗੇ ਆ ਤੇ ਲੱਗਦਾ ਨਹੀਂ ਹੈਗਾ ਜਿਹੜੇ ਮਾਰਗੇਜ ਦੇ ਰੇਟ ਘਟਣਗੇ ਪਰ ਦੂਸਰੇ ਪਾਸੇ ਸਦਰਨ ਕੈਲੀਫੋਰਨੀਆ ਤੋਂ ਇਹ ਖਬਰ ਆ ਰਹੀ ਆ ਭਈ ਬਹੁਤ ਸਾਰੇ ਲੋਕ ਜਿਹੜੇ ਅਮੀਰ ਹੈਗੇ ਆ 올 ਕੈਸ਼ ਆਫਰਸ ਦੇ ਨਾਲ ਉਹ ਘਰ ਖਰੀਦ ਰਹੇ ਆ ਤੇ ਉੱਥੇ ਘਰਾਂ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ 9% ਵੱਧ ਗਈਆਂ ਹੈਗੀਆਂ ਐਵਰੇਜ ਜਿਹੜੀ ਪ੍ਰਾਈਸ ਆ ਉਹ 8,69,000 82 ਡਾਲਰ ਸਦਰਨ ਕੈਲੀਫੋਰਨੀਆ ਦੇ ਵਿੱਚ ਦੱਸੀ ਗਈ ਹੈਗੀ ਆ ਤੇ ਹੁਣ ਬਹੁਤ ਸਾਰੇ ਲੋਕ ਜੋ ਘਰ ਲੈਣਾ ਸੋਚਦੇ ਵੀ ਸੀ ਉਹ ਕਹਿੰਦੇ ਆ ਵੀ ਇੱਕ ਤਾਂ ਇੰਟਰਸਟ ਰੇਟ ਬਹੁਤ ਵੱਧ ਰਿਹਾ ਹੈ ਆ ਦੂਜੇ ਜਿਨ੍ਹਾਂ ਨੇ ਘਰ ਵੇਚਣੇ ਆ ਉਹਨਾਂ ਦੇ ਇੰਟਰਸਟ ਰੇਟ ਆਲਰੇਡੀ 3% ਤੋਂ ਥੱਲੇ ਹੈਗੇ ਆ ਉਹ ਵੇਚਣਾ ਨਹੀਂ ਚਾਹਦੇ ਤੇ ਤੀਸਰਾ ਹੁਣ ਜਿਹੜੇ ਕੈਸ਼ ਵਾਇਰਸ ਹੈਗੇ ਆ ਉਹ ਕੈਸ਼ ਨਾਲ ਘਰ ਖਰੀਦ ਰਹੇ ਆ ਤੇ ਜਿਹੜੀ ਸਪਲਾਈ ਆ ਆਲਰੇਡੀ ਬਹੁਤ ਘਟ ਹੈਗੀ ਆ ਜੀ ਖਬਰਾਂ ਦਾ ਸਮਾਂ ਵੀ ਇੱਥੇ ਜਿਹੜਾ ਉਹ ਸਮਾਪਤ ਹੁੰਦਾ ਜਾਂਦੇ ਜਾਂਦੇ ਮਾਰਕੀਟ ਦਾ ਜੇ ਤੁਹਾਨੂੰ ਹਾਲ ਦੱਸਤੀ ਜਾਈਏ ਕੱਲ ਦੇ ਬਲੱਡ ਬਾਥ ਤੋਂ ਬਾਅਦ ਦੇ ਵਿੱਚ ਮਾਰਕੀਟ ਵਿੱਚ ਥੋੜੀ ਬਹੁਤੀ ਡਾਉਜੋਨ ਦੇ ਵਿੱਚ ਤਾਂ ਉੱਥੇ ਹੀ ਸਟੇਬਿਲਿਟੀ ਰਹੀ 2 ਪੁਆਇੰਟ ਘਟ ਕੇ 38459 ਤੇ ਬੰਦ ਹੋਇਆ ਐਸ ਐਨ ਪੀ ਦੇ ਵਿੱਚ ਤੇਜ਼ੀ ਦੇਖੀ ਗਈ 38 ਪੁਆਇੰਟ ਵੱਧ ਕੇ 5199 ਤੇ ਨੈਸਟੈਕ ਨੇ ਛਾਲ ਮਾਰੀ 200 ਤੇ 72 ਪੁਆਇੰਟ ਵੱਧ ਕੇ 16000 ਤੇ 400 ਅ 42 ਦਿੱਤੇ ਬੰਦ ਹੋਇਆ ਸੋਨੇ ਦਾ ਭਾਅ 2394 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਰਹੀ ਹੈ 10 ਇਅਰ ਯੀਲਡ 4.57% ਦੇ ਉੱਤੇ ਕ੍ਰਿਪਟੋ ਕਰੰਸੀ ਚ ਬਿਟਕੋਇਨ 70313 ਤੇ ਈਥੀਰੀਅਮ 3500 ਤੇ ਤੇ ਯੂ ਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ ਜੀ ਤੇ ਕਰੰਸੀ ਦੀ ਗੱਲ ਕਰਦੇ ਜਾਈਏ ਇੱਕ ਯੂ ਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 30 ਪੈਸੇ ਰਹੇ ਆ ਇੱਕ ਯੂ ਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 73 ਪੈਸੇ ਇੱਕ ਯੂ ਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨ ਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਅੰਤ ਕੀ ਜਹੀ ਸਤਿ ਸ਼੍ਰੀ ਅਕਾਲ ਜੁਨੇਵਾਸਰ ਲਈ ਵਾਸਤੇ ਖੇਲਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ